मामला अमृतसर की अजनाला तहसील के पिंड चुड़ावा दी है, जिथे पिंड के वसनीक जसवीर सिंह ने चौंकी इंचार्ज ते दोष लाउंदे कहा कि बीती रात साढ़े लड़के जगजीत सिंह नू फोन आया सी, जिस तो बाद मेरे लड़के उत्ते जानलेवा हमला किया गया, जिस कारण मेरे लड़के दे सिर ते गंभीर सट्टां भी लगियां ने, पर पुलिस वल्लों कोई कार्रवाई नहीं की जा रही अते ना ही दूजी धिर विरुद्ध कोई कार्रवाई भी की जा रही है। जेकर पुलिस ने साड़ी गल ना सुनी तो असी इस संबंधी अधिकारियों नू शिकायत करके इंसाफ की मांग करांगे। मेरे नाल यही अपने घर बैठे हैं ना, इन्हू किसी मुंडे का फोन आया वा जगजीत सिंह का, इन्हू मतलब ये फोन से गल करता करता बाहर चल गया वा, बाद चुनाव थोड़ी देर पता लगा भी बाहर चलाई हो गई है, अभी जो गए तो इन उन्होंने ढाया सारे ने। हाँ जी, वो ये पाँच सात जने है, पैसे आ रही उन्होंने कोल से। फिर चौकी इंचार्ज नूं दरख्वास्त भी दित्ती है, साडी ओहदी कोई सुनवाई नहीं होई। कारण की है, क्यों नहीं सुनवाई की गई? पता नहीं जी, ये तो उन्होंने पता ना उन्होंने की करता, सुनवाई ना कर ली है, साड़ी कोई सुनवाई नहीं हुई। पुलिस के नाल ही कार्रवाई हुई है भी, मतलब उन्होंने सानू एस एच ओ साहब ने वीडियो दिखाई है, उन्होंने सानू यह कहा भी ये बंदे से कार्रवाई होनी चाहिए, फिर उस तो बाद अं गए एस पी हैडक्वार्टर, उन्होंने सानू विश्वास दवाया भी तुहानू, उन्होंने भी वीडियो दिखाई है, उन्होंने भी सानू विश्वास दवाया भी मतलब तुहाडी सुनवाई जरूर होगी। अच्छा जी, ਹੁਣ ਕੀ ਕੀਤਾ ਗਿਆ ਪੁਲਿਸ ਵੱਲੋਂ? ਉਹਨਾਂ ਨੇ ਉਲਟਾ ਸਾਡੇ ਬੇਟੇ ਤੇ ਪਰਚਾ ਕਰਾਉਂਦੇ ਫਿਰਦੇ ਆ ਜੀ, ਨਜਾਇਜ਼ ਪਰਚਾ ਕੋਈ ਇੰਨੀ ਸੱਟ ਵੀ ਹੈ ਨਹੀਂ, ਨਜਾਇਜ਼ ਪਰਚਾ ਕਰਾਇਆ ਜੀ, ਧੱਕਾ ਕੀਤਾ ਜਾ ਰਿਹਾ, ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਜੀ। ਕੀ ਮੰਗ ਆ? ਸਾਡੀ ਮੰਗ ਇਹ ਵੀ ਸਾਨੂੰ ਇਨਸਾਫ ਚਾਹੀਦਾ, ਜੋ ਉਹਨਾਂ ਝੂਠਾ ਪਰਚਾ ਕਰਾਇਆ ਵਾ ਇਹ ਗਲਤ ਕੀਤਾ ਜਾਵੇ, ਜਿਹੜੇ ਵੀਡੀਓ ਵਿੱਚ ਆ ਰਹੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਉਹ ਜੀ ਸਾਡੇ ਪਿੰਡ ਦੀ ਆ, ਮੁੰਡਾ ਸਾਡੇ ਪਿੰਡ ਦਾ ਸੀ ਉਹ, ਅਤੇ ਉਹਦਾ ਮਤਲਬ ਮੁੰਡੇ ਦਾ ਤਾਂ ਉਹਦਾ ਧਮਾਨ ਸੀ, ਉਹ ਆਪਣੇ ਸਾਲੇ ਨਾਲ ਝਗੜਨ ਡਿਆ ਸੀ, ਅਤੇ ਮੈਂ ਵਿੱਚ ਪੈ ਗਿਆ ਅਤੇ ਸਾਲੇ ਵੱਲੋਂ ਮਤਲਬ ਮਦਦ ਕੀਤੀ, ਮਤਲਬ ਕਿ ਮਤਲਬ ਸਾਡੇ ਰਿਸ਼ਤੇਦਾਰ ਸੀ ਨਾ ਮੁੰਡਾ ਦਾ, ਉਹਦਾ ਸਾਲਾ ਉਹਦਾ ਜਿਹੜਾ, ਅਤੇ ਮੈਂ ਜੀ ਮਦਦ ਕੀਤੀ ਸੀ, ਅਤੇ ਉਦੋਂ ਦਾ ਮੇਰੇ ਨਾਲ ਕਿਹਾ ਜੀ ਰੱਖਦਾ ਹੁੰਦਾ ਕਿ ਤੂੰ ਮੇਰੇ ਸਾਲੇ ਵੱਲੋਂ ਕਾਹਤੋਂ ਵਿਆਹ ਵਿੱਚ ਛੇੜਾ ਕਰ, ਤੂੰ ਮੇਰੇ ਸਾਲੇ ਨੂੰ, ਅਤੇ ਉਦੋਂ ਦਾ ਮੇਰੇ ਨਾਲ ਮਤਲਬ ਇਹਦਾ ਲਾਗਤ ਬਾਜ਼ੀ ਰੱਖਦਾ ਸੀ, ਅਤੇ ਮੁੜ ਕੇ ਇਹ ਦਿਨ ਮੈਨੂੰ ਉਹਨੇ ਫੋਨ ਕੀਤਾ ਵਾ ਕਿ ਇੱਧਰ ਬਾਹਰ ਆ, ਅਤੇ ਮੈਂ ਇੱਧਰ ਗੱਲ ਕਰਦਾ ਕਰਦਾ ਬਾਹਰ ਚੌਂਕ ਵਿੱਚ ਆ ਗਿਆ, ਅਤੇ ਮੁੜ ਕੇ ਇਹਨੇ ਵਾਹ ਮੁੰਡੇ ਮੁੰਡੇ ਉੱਥੇ ਇਕੱਠੇ ਕੀਤੇ ਸੀ, ਇਹ ਮੇਰੇ ਹੱਥੋਂ ਪਾਈ ਹੋ ਗਿਆ, ਅਤੇ ਜਿਹੜਾ ਜਸਪਾਲ ਹੋਣੀ ਸੀ ਉਹ ਮੁੰਡੇ ਚੌਂਕ 'ਚ ਖਲੋਤੇ ਸੀ, ਅਤੇ ਉਹਨਾਂ ਮਤਲਬ ਵਿੱਚ ਮੁੜ ਕੇ ਮੈਨੂੰ ਹੱਥ ਪਾਈ ਹੁੰਦਾ, ਉਹਨਾਂ ਛੜਾ ਛੁਣ ਡੈ ਪਏ ਵਿੱਚ, ਅਤੇ ਇਹਨਾਂ ਨੇ ਦਾਤਰੇ ਆਪਣੇ ਘਰੋਂ ਦਾਤਰ ਲੈ ਕੇ ਆਇਆ ਸੀ, ਅਤੇ ਉਹ ਦਾਤਰੇ ਨੇ ਆਪਣੇ ਮਤਲਬ ਇਹਦਾ ਹੱਥੋਂ ਪਾਈ ਉਹਨਾਂ ਦਾ ਮੁੜ ਕੇ ਇਹਦੇ ਵੱਜ ਗਿਆ, ਅਤੇ ਇਹ ਉਲਟ ਮੇਰੇ 'ਤੇ ਪਾਉਣ ਡੇ ਕਿ ਮਤਲਬ ਇਹਨੇ ਫੜ ਕੇ ਦਾਤਰ ਮੇਰੇ ਮਾਰਿਆ। ਥਾਣਾ ਸਦਰ ਦੇ ਐਸ ਐਚ ਓ ਨੇ ਦੱਸਿਆ ਕਿ ਚੌਂਕੀ ਇੰਚਾਰਜ ਮਾਮਲੇ ਦੀ ਜਾਂਚ ਕਰ ਰਹੀ ਹੈ, ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਪੁਲਿਸ ਬਣ ਦੀ ਕਾਰਵਾਈ ਕੀਤੀ ਜਾਵੇਗੀ। ਬੜੀਆ ਸੋਹਣੀ ਜੀ ਗੱਲ ਆ, ਕਦੀ ਐਡਾ ਡੀਪਲੀ ਸਿਰ ਦੇ ਵਿੱਚ ਸਿਰ ਦੀ ਸੱਟ ਜਿਹੜੀ ਆ ਉਹ ਆਪਣੇ ਆਪ ਦਾਤਰ ਵੱਜ ਕੇ ਨਹੀਂ ਲੱਗਦੀ, ਪਰ ਫਿਰ ਵੀ ਚਲੋ ਅਸੀਂ ਮੌਕੇ 'ਤੇ ਨਾ ਮੈਂ ਸੀ ਨਾ ਤੁਸੀਂ ਸੀਗੇ, ਇਹ ਤਾਂ ਤਫਤੀਸ਼ ਦਾ ਹਿੱਸਾ ਵਾ, ਅਤੇ ਮੈਂ ਤਾਂ ਤੁਹਾਨੂੰ ਇਹੋ ਹੀ ਵਿਸ਼ਵਾਸ ਦੇ ਸਕਦਾ ਵਾਂ ਕਿ ਅਸੀਂ ਮੌਕੇ 'ਤੇ ਵੈਰੀਫਿਕੇਸ਼ਨ ਕਰਾਂਗੇ, ਜੋ ਸਹੀ ਤੱਥ ਹੋਣਗੇ, ਸਾਨੂੰ ਬੜੀਆਂ ਕਲੀਅਰ ਗਾਈਡਲਾਈਨਸ ਆ ਸਾਡੇ ਸੀਨੀਅਰ ਅਧਿਕਾਰੀਆਂ ਦੀਆਂ ਕਿ 1% ਵੀ ਜਾਲੀ ਸੱਟ ਦੇ ਉੱਤੇ ਅਸੀਂ ਕਾਰਵਾਈ ਨਹੀਂ ਕਰਨੀ, ਜੋ ਸਹੀ ਹੋਏਗਾ ਮੌਕੇ 'ਤੇ ਜੋ ਅਸਲ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਹੋਏਗੀ। ਜਿਸ ਤਰ੍ਹਾਂ ਦੋਵੇਂ ਪਾਰਟੀਆਂ ਵੀਡੀਓ ਲਈ ਫਿਰਦੀਆਂ ਨੇ, ਉਹ ਦੋਵੇਂ ਵੀਡੀਓ ਤੁਸੀਂ ਦੇਖਿਆ ਨੇ ਲੈ ਜਾਂ? ਨਹੀਂ, ਮੈਂ ਕੋਈ ਵੀਡੀਓ ਨਹੀਂ ਅਜੇ ਤੱਕ ਦੇਖੀ। ਇਹ ਚੌਂਕੀ ਇੰਚਾਰਜ ਕੁੱਕੜਾ ਵਾਲਾ ਐਸ ਆਈ ਮਨਜੀਤ ਸਿੰਘ ਜਿਹੜੇ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਆ, ਉਹਨਾਂ ਨੇ ਮੌਕੇ 'ਤੇ ਜਾ ਕੇ ਵੈਰੀਫਿਕੇਸ਼ਨ ਕੀਤੀ ਆ, ਜੋ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਪਾਰਟੀ ਦੀ ਵੀਡੀਓ ਜਿਹੜੀ ਜਾਰੀ ਹੋਈ ਸੀ ਉਹਦੇ ਸਿਰ 'ਚ ਬਹੁਤ ਜ਼ਿਆਦਾ ਸੱਟ ਸੀਗੀ, ਉਹਨੂੰ ਉਹਨਾਂ ਨੇ ਹਸਪਤਾਲ ਦਾਖਲ ਕਰਾਇਆ ਸੀ, ਜੋ ਉਹਦਾ ਮੈਡੀਕਲ ਆਇਆ ਸੀ ਉਹਦੇ ਮੁਤਾਬਕ ਉਹਨੇ ਕਾਰਵਾਈ ਕਰਤੀ ਆ। ਦੂਜੀ ਪਾਰਟੀ ਵੱਲੋਂ ਅਜੇ ਤੱਕ ਮੈਨੂੰ ਉਹਨੇ ਕੋਈ ਨਹੀਂ ਦੱਸਿਆ ਵੀ ਉਹਨਾਂ ਨੂੰ ਸੱਟ ਲੱਗੀ ਆ ਜਾਂ ਉਹਨਾਂ ਦਾ ਕੋਈ MLR ਆਇਆ ਵਾ, ਉਹ ਵੀ ਅਸੀਂ ਤਫਤੀਸ਼ ਦਾ ਹਿੱਸਾ ਵਾ, ਵੈਰੀਫਿਕੇਸ਼ਨ ਕਰ ਲਾਂਗੇ ਮੌਕੇ 'ਤੇ ਜਾ ਕੇ, ਜੇ ਉਹਨਾਂ ਦੀ ਕੋਈ MLR 'ਚ ਸੱਟ ਲੱਗਣੀ ਸਾਬਤ ਹੋਈ ਸੱਚੀ ਤਾਂ ਉੱਥੇ ਵੀ ਕਾਰਵਾਈ ਹੋਏਗੀ, ਨੋ ਪ੍ਰੋਬਲਮ। ਪੀੜਿਤ ਪਰਿਵਾਰ ਦੇ ਵੱਲੋਂ ਧੁੰਨਾ ਸਾਹਿਬ ਤਿਸ਼ਤਾ ਦੇ ਬਾਬਾ ਮਨਜੀਤ ਸਿੰਘ ਸੈਣੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਪੀੜਿਤ ਪਰਿਵਾਰ ਦੀ ਗੱਲ ਨਾ ਸੁਣੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਪੀੜਿਤ ਪਰਿਵਾਰ ਦੇ ਨਾਲ ਹਾਂ ਅਤੇ ਅਸੀਂ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦੇਵਾਂਗੇ। ਮੇਰਾ ਨਾਮ ਬਾਬਾ ਮਨਜੀਤ ਸਿੰਘ ਸੈਣੀ, ਧੁੰਨਾ ਸਾਹਿਬ ਟਰੱਸਟ, ਜਨਰਲ ਸਕੱਤਰ, ਪੰਜਾਬ। ਸਾਡੇ ਕੋਲ ਉਤਰਦਾ ਆ, ਪਿੰਡ ਦਾ ਇੱਕ ਮਸਲਾ ਆਇਆ ਵਾ,
चौंकी कुकड़ा वाली तो जिहड़ा चौंकी इंचार्ज वालों मनजीत सिंह वालों इन्हों आश्वासन दवाया गया कि चलो ताडा बिठा के जिहड़ा कॉम्प्रोमाइज कराया जाऊगा इन्हों गुमराह करके दूजी पार्टी ने जिहड़ा वा झूठा जिहड़ा पंजी दा उन्हां दे कहिण दे मुताबिक पंजी दा जिहड़ा परचा वा उन्हां दा रिजल्ट जिहड़ा वो आया वा इन्हां ते जिहड़ी बनदी कारवाई की जाऊगी। इहदे तों बाद असीं एस एच ओ साहब नूं मिले, एस एच ओ साहब नूं असीं जदों वीडियो विखाई, वीडियो के आधार पर उन्होंने कहा कि बंदियां नूं चुक्या क्यों नहीं गया, कहीं इहो असी गल कहिण दे आ कि इह पार्टी नूं क्यों नहीं गया, शरेआम एक गुंडागर्दी का नंगा नाच नचाउण दिया, हाथ च विच तेजधार हथियार फड़े आ ते मुंडे उत्थे खड़े आ ते इन्हां ते क्यों नहीं बनदी कारवाई की गई, क्योंकि चौंकी इंचार्ज जिहड़ा वा उन्हें गुमराह किया गया, उन्हें उत्थों उन्होंने को जिहड़े आ पैसे चके आ ते इन्हां दी कोई मदद नहीं की, ते इस कारण जिहड़ा वा इन्हां नूं नेरे च रख के उन्हां नूं जिहड़ी आ झूठी जिहड़ी आ पंजी दा रिजल्ट जिहड़ा बनवाया गया वो पैसे दे के उहदी पूरी तरह जांच होनी चाहीदी आ। इस सिलसिले च असीं एस पी हैडकुआटर नूं भी मिले हाँ, उन्होंने भी सानूं आश्वासन दवाया, उन्होंने इन्हां नूं फोन भी लगाया ही, चलो कोर्ट दे होण दे कारण एस एच ओ साहब ने फोन नहीं चुकया ही, उदों लगाया ही, एस एच ओ साहब का मैसेज आया कि चलो बाबा जी मैं कर दवां तुहानूं फोन, पर असीं यह मंग करते हाँ कि इन्हां नूं जिहड़ा पूर्ण तौर पर इंसाफ जिहड़ा दिता जाए, क्योंकि उहो ही हथियार लै के आए, उहो ही हथियार जदों इहदे ते मुंडा मारन लगा इहदे साथी ने जिहड़ा जिहड़ा इन्हां दे पिंड दा रहिण वाला वा उहने इहदा बचा किया, नहीं तो जानी मानी कोई नुकसान हो सकता सी, उहदे फड़न फड़ाउण दे विच ही इन्हां दे कहिण दे मुताबिक जिहड़ा उहदा दातर उहदे ही सिर दे विच जिहड़ा वज्जा, इस करके असीं मंग करदे हां इन्हां नूं पूरन तौर ते जिहड़ा इंसाफ दिवाया जाए। ब्यूरो रिपोर्ट, सांझ न्यूज़।